ਉਹਨਾਂ ਤੇ ਆਪਦੇ ਤੇ ਪਰਚਾ ਹੋਇਆ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਆਦਤ ਹੈ ਹਮੇਸ਼ਾ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਉਹ ਜਥੇਦਾਰਾਂ ਦਾ ਸੀ ਅੱਜ ਕੱਲ੍ਹ ਅਕਾਲੀ ਦਲ ਬਾਦਲ ਸਿਰਫ ਲੈਂਡ ਮਾਫੀਆ ਰੇਤ ਮਾਫੀਆ ਡਰੱਗਸ ਮਾਫੀਆ ਲੋਕ ਇਹਨਾਂ ਨੂੰ ਹੁਣ ਬਰਦਾਸ਼ਤ ਨਹੀਂ ਕਰਦੇ ਪਏ ਗੁੰਡਾਗਰਦੀ ਜਿਹੜੀ ਇਹਨਾਂ ਨੇ ਕੀਤੀ ਹੈ ਦੋ ਦਿਨ ਪਹਿਲਾਂ ਜੋ ਜਲਾਲਾਬਾਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਹੋਇਆ ਉਹ ਤੁਸੀਂ ਇੱਕ ਪੱਖ ਦੇਖਿਆ ਸੀ ਦੂਜਾ ਪੱਖ ਜਿਹੜਾ ਹਜੇ ਤੱਕ ਸਾਹਮਣੇ ਨਹੀਂ ਆਇਆ ਸੀ ਉਹ ਅੱਜ ਸਾਹਮਣੇ ਆਇਆ ਅਸਲ ਵਿੱਚ ਸੁਖਬੀਰ ਬਾਦਲ ਨੇ ਧਰਨਾ ਲਗਾ ਕੇ ਕਾਂਗਰਸੀਆਂ 'ਤੇ ਪਰਚਾ ਦਰਜ ਹੋਣ ਦੀ ਗੱਲ ਕੀਤੀ ਸੀ ਅਤੇ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਉੱਪਰ ਪਰਚੇ ਦਰਜ ਕਰਵਾਏ ਗਏ ਹਨ ਕਿਉਂਕਿ ਕਾਂਗਰਸ ਦੇ ਵਰਕਰਾਂ ਉਹਦੇ ਵੀ ਗੋਲੀਆਂ ਲੱਗੀਆਂ ਹਨ ਅਤੇ ਉਹ ਵੀ ਫਰੀਦਕੋਟ ਦੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਦੂਜੇ ਪਾਸੇ ਕਾਂਗਰਸ ਦੇ ਵਰਕਰ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਪਏ ਹਨ ਦੂਜਾ ਪੱਖ ਇਹ ਜੋ ਹਜੇ ਤੱਕ ਕਵਰ ਨਹੀਂ ਸੀ ਕੀਤਾ ਗਿਆ ਕਿਉਂਕਿ ਹੁਣ ਤੱਕ ਸਿਰਫ ਇਹ ਹੀ ਦਿਖਾਇਆ ਗਿਆ ਕਿ ਸੁਖਬੀਰ ਬਾਦਲ ਦੀ ਗੱਡੀ 'ਤੇ ਪਥਰਾਅ ਹੋਇਆ ਅਤੇ ਗੋਲੀਬਾਜ਼ੀ ਹੋਈ ਅੱਜ ਆਪਣੇ ਦਾਖਲ ਵਿਅਕਤੀਆਂ ਦਾ ਪਤਾ ਲੈਣ ਲਈ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਵਲਾ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪਹੁੰਚੇ ਇਸ ਮੌਕੇ ਰਮਿੰਦਰ ਆਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਧੇ ਤੌਰ 'ਤੇ ਆਪਣੇ ਗੁੰਡੇ ਬੁਲਾ ਕੇ ਸ਼ਾਂਤੀਪੂਰਨ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਵਰਕਰਾਂ ਦੇ ਵੀ ਗੋਲੀਆਂ ਲੱਗੀਆਂ ਜਿਸ ਕਾਰਨ ਉਹ ਇੱਥੇ ਦਾਖਲ ਹਨ ਉਹਨਾਂ ਕਿਹਾ ਕਿ ਸ਼ਰੇਆਮ ਪੱਥਰਬਾਜ਼ੀ ਅਕਾਲੀ ਵਰਕਰਾਂ ਨੇ ਕੀਤੀ ਜਿਸ ਕਰਕੇ ਕਾਂਗਰਸ ਦੇ ਵਰਕਰ ਵੀ ਜ਼ਖਮੀ ਹੋਏ ਹਨ ਸੁਖਬੀਰ ਬਾਦਲ ਦੇ ਪ੍ਰੋਫੈਸ਼ਨਲ ਗੁੰਡਿਆਂ ਨੇ ਸੁਖਬੀਰ ਬਾਦਲ ਦੇ ਹੁਕਮ 'ਤੇ ਜੋ ਸਾਡੇ ਵਰਕਰਸ ਨਾਲ ਕੀਤਾ ਜੋ ਪਹਿਲਾਂ 15 ਸਾਲ ਕਰਦੇ ਰਹੇ ਆ ਜਲਾਲਾਬਾਦ ਦੇ ਵਿੱਚ ਹੁਣ ਜਲਾਲਾਬਾਦ ਦੀ ਜਨਤਾ ਨੂੰ ਬਰਦਾਸ਼ਤ ਨਹੀਂ ਕਰੂਗੀ ਤੁਸੀਂ ਦੇਖੋ ਜਿਹੜੀਆਂ ਵੀ ਫੋਟੋਜ ਭਾਵੇਂ ਇਹਨਾਂ ਦੇ ਆਪਦੇ ਚੈਨਲ 'ਤੇ ਚੱਲਦੀਆਂ ਪਈਆਂ ਜਿਹੜਾ ਪ੍ਰਕਾਸ਼ ਚੈਨਲ ਹੈ ਉਹਦੇ 'ਤੇ ਵੀ ਦੇਖੋ ਕਿਵੇਂ ਆਪਦੇ ਨਾਲ ਗੁੰਡੇ ਜਿਨ੍ਹਾਂ ਦੇ 5-5, 7-7 ਪਰਚੇ ਹੈ ਜਿਹੜੇ PO ਨੇ ਜਿਨ੍ਹਾਂ ਨੇ ਸਮੈਕ ਵੇਚੀ ਰੇਤਾ ਦਾ ਕੰਮ ਕੀਤਾ ਜਿਨ੍ਹਾਂ ਨੇ ਇਹਨਾਂ ਦਾ ਮਾਫੀਆ ਚਲਾਇਆ ਉਹਨਾਂ ਨੂੰ ਨਾਲ ਲੈ ਕੇ ਫਾਇਰਿੰਗ ਕਰਦੇ ਹੋਏ ਕਿਵੇਂ ਅੰਦਰ ਆਏ ਜਿਹੜਾ ਪਹਿਲਾਂ ਦਾ ਅਕਾਲੀ ਦਲ ਬਾਦਲ ਸੀ ਉਹ ਜਥੇਦਾਰਾਂ ਦਾ ਸੀ ਅੱਜ ਕੱਲ੍ਹ ਅਕਾਲੀ ਦਲ ਬਾਦਲ ਸਿਰਫ ਲੈਂਡ ਮਾਫੀਆ ਰੇਤ ਮਾਫੀਆ ਡਰੱਗਸ ਮਾਫੀਆ ਔਰ ਸੱਟਾਬਾਜ਼ੀ ਜਿਹੜੇ ਤੁਸੀਂ ਦੇਖੋ ਉਹਨਾਂ ਦੇ ਉੱਥੇ ਸੱਟੇਬਾਜ਼ੀ ਦੇ ਜਿਹੜੇ ਇਹਨਾਂ ਦੇ PA ਆਪ ਸੱਟਾ ਚਲਾਉਂਦੇ ਪਏ ਆ ਅੱਜ ਕੱਲ੍ਹ ਪਾਰਟੀ ਉਹ ਚਲਾਉਂਦੇ ਪਏ ਆ ਲੋਕ ਇਹਨਾਂ ਨੂੰ ਹੁਣ ਬਰਦਾਸ਼ਤ ਨਹੀਂ ਕਰਦੇ ਪਏ ਗੁੰਡਾਗਰਦੀ ਜਿਹੜੀ ਇਹਨਾਂ ਨੇ ਕੀਤੀ ਹੈ ਅਸੀਂ ਇਹਦੀ ਬਹੁਤ ਜ਼ੋਰਦਾਰ ਜਲਾਲਾਬਾਦ ਦੀ ਨਿੰਦਾ ਕਰਦਾ ਪਰਚਾ ਹੋਇਆ ਕਿ ਜਿਹੜਾ ਉੱਥੋਂ ਅਕਾਲੀ ਦਲ ਦਾ ਪ੍ਰਧਾਨ ਆ ਉਹ ਕਹਿੰਦਾ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਗੱਡੀ ਸੀ ਬਾਹਰ ਉਤਰੇ ਨਹੀਂ ਅਤੇ ਲੇਕਿਨ ਉਹ 'ਤੇ ਪਰਚਾ ਦਰਜ ਕੀਤਾ ਗਿਆ ਕੀ ਨਾਮ ਉਹਦਾ ਅਨੇਜਾ ਕਿਆ ਨਾਮ ਉਹਦਾ ਜਿਹੜਾ ਜਗੂਦਾ ਪ੍ਰਧਾਨ ਆ ਅਕਾਲੀ ਦਲ ਦਾ ਉੱਥੋਂ ਦਾ ਉਹਨਾਂ ਕੋਲ ਬਿਆਨ ਆਇਆ ਸੀ ਦੇਖੋ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਔਰ ਜਿਨ੍ਹਾਂ ਦੇ ਸੱਟਾਂ ਵੱਜੀਆਂ ਉਹਨਾਂ ਦੇ ਬਿਆਨਾਂ 'ਤੇ ਪਰਚੇ ਹੋਏ ਹੈ ਮੈਨੂੰ ਇਸ ਬਾਰੇ ਨਾ ਉਹਨੂੰ ਮੈਂ ਦੇਖਿਆ ਉੱਥੇ ਨਾ ਮੈਂ ਉੱਥੇ ਸੀਗਾ ਨਾ ਮੈਂ ਉੱਥੇ ਗਿਆ ਕੀ ਤੁਹਾਡੇ ਆ ਤੁਹਾਡੇ ਬੇਟੇ 'ਤੇ ਵੀ ਪਰਚਾ ਹੋਇਆ ਕੋਈ ਨਹੀਂ ਮੇਰੇ 'ਤੇ ਕੋਈ ਪਰਚਾ ਨਹੀਂ ਹੋਇਆ ਪਰ ਸਰ ਉਹ ਬਾਲਾ ਸਾਹਿਬ ਕਹਿ ਰਹੇ 307 ਦਾ ਦੋਵੇਂ ਤੁਹਾਡੇ ਬੇਟੇ ਦੇ ਤੁਹਾਡੇ ਵੀ ਪਰਚੇ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੀ ਹੈ ਦੇਖੋ ਉਹਨਾਂ 'ਤੇ ਆਪਦੇ 'ਤੇ ਪਰਚਾ ਹੋਇਆ ਸੁਖਬੀਰ ਸਿੰਘ ਬਾਦਲ 'ਤੇ ਉਹਨਾਂ ਦੀ ਆਦਤ ਹੈ ਹਮੇਸ਼ਾ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਧੰਨਵਾਦ